ਏਵਨ ਪੰਜਾਬੀ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਆਮ ਆਦਮੀ ਪਾਰਟੀ ਦੇ ਵਿੱਚੋਂ ਸੁਖਪਾਲ ਸਿੰਘ ਖਹਿਰਾ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ, ਇਹ ਤਾਂ ਸਭ ਜਾਣਦੇ ਨੇ। ਲੇਕਿਨ ਅੱਜ ਕੱਲ੍ਹ ਚੀਮਾ ਸਾਹਿਬ ਖਹਿਰਾ ਸਾਹਿਬ ਦਾ ਨਾਮ ਸੁਣਨਾ ਹੀ ਪਸੰਦ ਨਹੀਂ ਕਰਦੇ, ਪਤਾ ਨਹੀਂ ਕਿਉਂ। ਔਰ ਜਦੋਂ ਇਹਨਾਂ ਨੂੰ ਵਿਰੋਧੀ ਧਿਰ ਦੇ ਨੇਤਾ ਚੁਣਿਆ ਗਿਆ ਸੀ ਤਾਂ ਉਸ ਵੇਲੇ ਤਾਂ ਇਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਇੱਕ ਇੱਕ ਪਲ ਵੀ ਖਹਿਰਾ ਸਾਹਿਬ ਦਾ ਸਾਥ ਨਹੀਂ ਛੱਡਾਂਗੇ ਔਰ ਹਰ ਗੱਲ ਵਿੱਚ ਉਹਨਾਂ ਨਾਲ ਸਲਾਹ ਮਸ਼ਵਰਾ ਕਰਨਗੇ। ਕਿੰਨਾ ਸਮਾਂ ਬੀਤ ਗਿਆ, ਖਹਿਰਾ ਸਾਹਿਬ ਦੇ ਬਿਆਨ ਵੀ ਆਏ, ਚੀਮਾ ਸਾਹਿਬ ਦੇ ਬਿਆਨ ਵੀ ਆਏ, ਹੋਰ ਵੀ ਬਹੁਤ ਸਾਰਿਆਂ ਦੇ ਬਿਆਨ ਆਏ, ਪਰ ਇੱਕ ਗੱਲ ਤਾਂ ਜ਼ਰੂਰ ਹੈ, ਖਹਿਰਾ ਸਾਹਿਬ ਆਮ ਆਦਮੀ ਪਾਰਟੀ ਦੇ ਵਿੱਚੋਂ ਵੀ ਬਾਹਰ ਗਏ, ਕਾਂਗਰਸ ਦੇ ਵਿੱਚੋਂ ਵੀ ਪਹਿਲਾਂ ਹੀ ਬਾਹਰ ਗਏ, ਹੁਣ ਤੁਸੀਂ ਕੀ ਕਰੋਗੇ? ਫਿਰ ਇਸੇ ਕਰਕੇ ਤਾਂ ਕਹਿੰਦੇ ਨੇ ਕੇਜਰੀਵਾਲ ਸਾਹਿਬ ਕਿ ਅਸੀਂ ਤਾਂ ਖਹਿਰਾ ਸਾਹਿਬ ਨੂੰ ਬਹੁਤ ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਖਹਿਰਾ ਸਾਹਿਬ ਮੰਨਦੇ ਹੀ ਨਹੀਂ ਹੈ। ਅਤੇ ਹੁਣ ਸ਼ਾਇਦ ਖਹਿਰਾ ਸਾਹਿਬ ਮਹਿਸੂਸ ਕਰ ਰਹੇ ਨੇ, ਕਿਉਂਕਿ 2019 ਆ ਗਈ, ਕਿ ਆਮ ਆਦਮੀ ਪਾਰਟੀ ਦਾ ਜਿਹੜਾ ਸਾਥ ਛੱਡਿਆ ਕਿਤੇ ਨਾ ਕਿਤੇ ਉਹ ਮੇਰੇ ਲਈ ਆਉਣ ਵਾਲੇ ਸਮੇਂ ਵਿੱਚ ਗਲਤ ਵੀ ਸਾਬਤ ਹੋ ਸਕਦਾ ਹੈ। ਕੇਜਰੀ ਸਾਹਿਬ ਲਈ ਗਾਣਾ ਗੁਣਗੁਣਾਉਂਦੇ ਨੇ ਕਿਹੜਾ, ਮੈਂ ਸੁਣਾਉਂਦਾ ਤੁਹਾਨੂੰ। ਖਿਜ਼ਾ ਕੇ ਫੂਲੋਂ ਪੇ ਆਤੀ ਕਭੀ ਬਹਾਰ ਨਹੀਂ ਮੇਰੇ ਨਸੀਬ ਮੇਂ ਹੈ ਦੋਸਤ ਤੇਰਾ ਪਿਆਰ ਨਹੀਂ। ਖਹਿਰਾ ਸਾਹਿਬ ਤਾਂ ਇਹ ਹੀ ਗੀਤ ਗੁਣਗੁਣਾ ਰਹੇ ਨੇ, ਕਿਉਂਕਿ ਕਿਤੇ ਨਾ ਕਿਤੇ ਹੁਣ ਜ਼ਿੰਦਗੀ ਦੇ ਵਿੱਚ ਮਿਸ ਕਰ ਰਹੇ ਨੇ ਜਨਾਬ ਕੇਜਰੀਵਾਲ ਸਾਹਿਬ ਨੂੰ। ਸ਼ਾਇਦ ਚੀਮਾ ਸਾਹਿਬ ਨੇ ਜਦੋਂ ਇੱਕ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਤਾਂ ਉਹਨਾਂ ਨੇ ਤਾਂ ਸਾਫ਼ ਕਹਿ ਦਿੱਤਾ ਹੈ ਕਿ ਖਹਿਰਾ ਸਾਡੇ ਲਈ ਹੁਣ ਕੋਈ ਮਸਲਾ ਨਹੀਂ ਹੈ, ਸਾਡੇ ਕੋਲੋਂ ਤਾਂ ਪੰਜਾਬ ਦੀ ਆਵਾਮ ਦੇ ਹੋਰ ਬਹੁਤ ਸਾਰੇ ਮਸਲੇ ਨੇ। ਖਹਿਰਾ ਸਾਹਿਬ ਅਤੇ ਚੀਮਾ ਸਾਹਿਬ ਦਾ ਸੁਣੋ ਪੂਰਾ ਬਿਆਨ। ਸਾਹਿਬ ਸਾਡਾ ਹੈਗਾ ਕੋਈ ਮੁੱਦਾ ਨਹੀਂ ਹੈਗਾ, ਇਸ ਟਾਈਮ ਸਾਡਾ ਮੁੱਦਾ ਲੋਕਾਂ ਨੇ ਮੁੱਦੇ ਨਾਲ ਚੱਕਿਆ ਸੀ, ਸਾਡੇ ਮੁੱਦੇ ਨੇ ਟਰਾਂਸਪੋਰਟ, ਠੀਕ ਹੈ ਜੀ, ਅੱਜ ਕੀਤਾ ਹੈਗਾ। ਖਹਿਰਾ ਸਾਹਿਬ ਸਾਡਾ ਕੋਈ ਮੁੱਦਾ ਨਹੀਂ। ਬਿਲਕੁਲ ਜੀ ਬਿਲਕੁਲ। ਔਰ ਚੀਮਾ ਸਾਹਿਬ ਤੋਂ ਬਾਅਦ ਤਾਂ ਅਮਨ ਅਰੋੜਾ ਵੀ ਨਹੀਂ ਰੁਕੇ, ਉਹਨਾਂ ਨੇ ਵੀ ਆਪਣਾ ਬਹੁਤ ਤਕੜਾ ਬਿਆਨ ਦਿੱਤਾ ਹੈ। ਉਹ ਕਿਹੜਾ ਬਿਆਨ ਦਿੱਤਾ ਜ਼ਰਾ ਤੁਸੀਂ ਉਹ ਵੀ ਸੁਣ ਸਕਦੇ ਹੋ। ਸਾਰਿਆਂ ਨੂੰ ਪਤਾ ਸੀਗਾ ਇਲੈਕਸ਼ਨਾਂ ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਹੈ, ਅਰਵਿੰਦ ਕੇਜਰੀਵਾਲ ਇਹਦੇ ਮੁਖੀ ਨੇ, ਅਤੇ ਦਿੱਲੀ ਤੋਂ ਇਹ ਪਾਰਟੀ ਹੈ ਜਿਹੜੀ ਨੈਸ਼ਨਲ ਪਾਰਟੀ ਵਾਂਗੂ ਦਿੱਲੀ ਤੋਂ ਚੱਲਦੀ ਹੈ। ਉਸ ਤੋਂ ਮਗਰੋਂ ਜਿਹੜੀਆਂ ਇਲੈਕਸ਼ਨਾਂ ਤੱਕ ਫਰਵਰੀ 2017 ਤੱਕ ਜਿਹੜਾ ਕਾਂਗਰਸੀ ਅਕਾਲੀ ਅਤੇ ਬੀਜੇਪੀ ਵਾਲੇ ਕਿਹਾ ਕਰਦੇ ਸੀਗੇ ਕਿ ਦਿੱਲੀ ਵਾਲੇ ਉਹ ਅਨਫੋਰਚੁਨੇਟਲੀ ਉਹਨਾਂ ਨੇ ਕਹਿਣਾ ਬੰਦ ਕਰਤਾ ਇਲੈਕਸ਼ਨਾਂ ਤੋਂ ਮਗਰ, ਅਤੇ ਸਾਡੇ ਵਾਲਿਆਂ ਨੇ ਕੁਛ ਨੇ ਕਹਿਣਾ ਸ਼ੁਰੂ ਕਰਤਾ ਉਹ ਵੀ 4 ਕੁ ਮਹੀਨੇ ਪਹਿਲਾਂ। ਸੋ ਵਾਟ ਆਈ ਮੀਨ ਟੂ ਸੇ ਇਜ਼ ਕਿ ਉਹ ਜੋ ਮਰਜ਼ੀ ਕਹੀ ਜਾਣਾ, ਸਾਨੂੰ ਪਤਾ ਹੈ ਕਿ ਡਿਸਿਪਲਿਨ ਕੀ ਹੁੰਦਾ। ਅਸੀਂ ਇਹ ਨਹੀਂ ਹੋ ਸਕਦਾ ਹੈਗਾ ਕਿ ਉਦੋਂ ਤਾਂ ਇਹੀ ਕੁਛ ਸਾਡੇ ਸਾਥੀ ਦਿੱਲੀ ਵਾਲਿਆਂ ਦੇ ਜਾਂ ਪਾਰਟੀ ਲੀਡਰਸ਼ਿਪ ਦੇ ਮਗਰ ਫਿਰਦੇ ਸੀਗੇ, ਅਤੇ ਅੱਜ ਉਹਨਾਂ ਨੂੰ ਐਜ਼ ਏ ਵਿਲਨ ਪੇਸ਼ ਕੀਤਾ ਜਾ ਰਿਹਾ, ਵਿਚ ਇਜ਼ ਅਨਫੋਰਚੁਨੇਟ, ਨਹੀਂ ਹੋਣਾ ਚਾਹੀਦਾ। ਬਿਲਕੁਲ ਜੀ ਬਿਲਕੁਲ। ਖਹਿਰਾ ਸਾਹਿਬ ਹੁਣ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਤੁਹਾਡੀ ਦਾਲ ਮਸਾਂ ਮੈਨੂੰ ਲੱਗਦਾ ਨਹੀਂ ਕਿ ਗਲੇਗੀ, ਕਿਉਂਕਿ ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਤੁਹਾਡੇ ਖਿਲਾਫ਼ ਜੋ ਸਟੈਂਡ ਲਿਆ ਹੈ, ਸੋਚ ਸਮਝ ਕੇ ਲਿਆ ਹੈ, ਇਸ ਕਰਕੇ ਫਿਰ ਇਹ ਗੀਤ ਤਾਂ ਬਣਦਾ ਹੀ ਹੈ। ਦਿਲ ਐਸਾ ਕਿਸੀ ਨੇ ਮੇਰਾ ਤੋੜਾ ਬਰਬਾਦੀ ਕੀ ਤਰਫ ਐਸਾ ਮੋੜਾ, ਦਿਲ ਐਸਾ ਕਿਸੀ ਨੇ ਮੇਰਾ ਤੋੜਾ ਅਮਾਨੁਸ਼ ਬਣਾ ਕੇ ਛੋੜਾ। ਖਹਿਰਾ ਸਾਹਿਬ ਵੈਸੇ ਗੱਲ ਇੱਕ ਹੈ ਕਿ 2019 ਤੋਂ ਪਹਿਲਾਂ ਅਸੀਂ ਬੜਾ ਇੰਤਜ਼ਾਰ ਕਰ ਰਹੇ ਹਾਂ ਕਿ ਤੁਸੀਂ ਬਹੁਤ ਵੱਡੀ ਅਨਾਊਂਸਮੈਂਟ ਕਰੋਗੇ, ਕਦੋਂ ਕਰੋਗੇ? ਉਸ ਦਾ ਸਾਨੂੰ ਅਤੇ ਹੋਰ ਵੀ ਲੋਕਾਂ ਨੂੰ ਕਰਨਾ ਪਏਗਾ ਇੰਤਜ਼ਾਰ। ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A1 ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।